ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਸਵਾਗਤ ਹੈ ਤੁਹਾਡਾ ਸੰਦੀਪ ਸਿੰਘ ਕਲਾਸਿਸ ਦੇ ਵਿੱਚ। ਸੋ ਫਾਈਨਲੀ ਜਿਹੜਾ ਯੂ ਜੀ ਸੀ ਨੈੱਟ ਜੂਨ 2024 ਦਾ ਜਿਹੜਾ ਇਗਜ਼ਾਮ ਆਉਣਾ ਸੀਗਾ, ਸਾਰੇ ਵੇਟ ਕਰ ਰਹੇ ਸੀਗੇ ਕਿ ਨੋਟੀਫਿਕੇਸ਼ਨ ਕਦ ਆਏਗਾ। ਸੋ ਫਾਈਨਲੀ ਉਹ ਆ ਚੁੱਕਿਆ ਹੈ, ਐਪਲੀਕੇਸ਼ਨ ਫੋਰਮ ਜਿਹੜੇ ਆਊਟ ਹੋ ਚੁੱਕੇ ਆ। ਮੈਂ ਤੁਹਾਨੂੰ ਸਿੱਧਾ ਹੀ ਉਹਨਾਂ ਦਾ ਜਿਹੜਾ ਨੋਟੀਫਿਕੇਸ਼ਨ ਉਹ ਦਿਖਾਏਗਾ, ਪਰ ਉਸ ਤੋਂ ਪਹਿਲਾਂ ਇਹ ਵੀ ਹੈ, ਤੁਸੀਂ ਥੰਬਨੇਲ ਦੇ ਵਿੱਚ ਦੇਖ ਹੀ ਲਿਆ ਗਿਆ, ਹਿਊਜ ਚੇਂਜਿਸ ਦਿਸ ਟਾਈਮ। ਸੋ ਬੜੇ ਜ਼ਿਆਦਾ ਬਦਲਾਵ ਜਿਹੜੇ ਆ ਇਸ ਵਾਰ ਇਹਨਾਂ ਨੇ ਜਿਹੜੇ ਨੋਟੀਫਿਕੇਸ਼ਨ ਦੇ ਵਿੱਚ ਕੀਤੇ ਹੈ, ਤੁਸੀਂ ਜਿਹੜੇ ਦੇਖ ਸਕਦੇ ਹਾਂ। ਸੋ ਮੈਂ ਸਿੱਧਾ ਉਸ PDF ਦੇ ਵਿੱਚ ਤੁਹਾਨੂੰ ਦਿਖਾਵਾਂਗਾ ਕਿ ਚੇਂਜਿਸ ਜਿਹੜੇ ਹੈ ਉਹ ਇਸ ਵਾਰ ਕਿਹੜੇ ਕਿਹੜੇ ਹੈ। ਸੋ ਉਸ ਤੋਂ ਪਹਿਲਾਂ ਆਪਾਂ ਅੱਗੇ ਚੱਲੀਏ, ਜੋ ਇਸ ਚੈਨਲ 'ਤੇ ਨਵੇਂ ਆਏ ਨੇ, ਚੈਨਲ ਨੂੰ ਸਬਸਕ੍ਰਾਈਬ, ਲਾਈਕ ਔਰ ਸ਼ੇਅਰ ਜ਼ਰੂਰ ਕਰਿਓ, ਬੈਲ ਆਈਕਨ ਵੀ ਜ਼ਰੂਰ ਪ੍ਰੈਸ ਕਰਿਓ ਤਾਂ ਕਿ ਆਉਣ ਵਾਲੀਆਂ ਵੀਡੀਓਜ਼ ਦੀ ਜਿਹੜੀ ਜਾਣਕਾਰੀ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ। ਸੋ ਤੁਸੀਂ ਦੇਖ ਸਕਦੇ, ਸਿੱਧਾ ਤੁਹਾਨੂੰ ਮੈਂ ਨੋਟੀਫਿਕੇਸ਼ਨ ਦਿਖਾਉਂਦਾ ਹਾਂ। ਦੇਖੋ 20 April ਦਾ ਜਿਹੜਾ ਇਹ ਨੋਟੀਫਿਕੇਸ਼ਨ ਆ, ਤੁਸੀਂ ਦੇਖ ਸਕਦੇ ਹਾਂ, ਅਤੇ ਓਪਨਿੰਗ ਆਫ ਦੀ ਔਨਲਾਈਨ ਪੋਰਟਲ, ਠੀਕ ਹੈ, ਫੋਰ ਸਬਮਿਸ਼ਨ ਆਫ ਔਨਲਾਈਨ ਐਗਜ਼ਾਮੀਨੇਸ਼ਨ ਫੋਰਮ UGC ਨੈੱਟ June 2024, ਠੀਕ ਹੈ। ਤਾਂ ਇਹਦੇ ਵਿੱਚ ਜਿਹੜੇ ਬਦਲਾਵ ਦੀ ਜਿਹੜੀ ਮੈਂ ਮੇਨ ਗੱਲ ਕੀਤੀ, ਉਸ ਤੋਂ ਪਹਿਲਾਂ ਤੁਸੀਂ ਇਹ ਦੇਖ ਲਓ ਕਿ ਡੇਟਸ ਵਗੈਰਾ ਕੀ ਆ। 20 April ਤੋਂ ਫੋਰਮ ਫਿਲਿੰਗ ਸਟਾਰਟ ਆ 10 May ਤੱਕ, ਠੀਕ ਹੈ। ਉਸ ਤੋਂ ਬਾਅਦ ਲਾਸਟ ਡੇਟ ਜਿਹੜੀ ਹੈ ਉਹ 11 May ਹੈ। ਕਰੈਕਸ਼ਨ ਜਿਹੜੀ ਹੈ ਉਹ ਤੁਸੀਂ 13 May ਤੋਂ 15 May ਤੱਕ ਜਿਹੜੀ ਹੈ ਕਰ ਸਕਦੇ ਹਾਂ। ਬਾਕੀ ਸਿਟੀ ਇਗਜ਼ਾਮ ਔਰ ਐਡਮਿਟ ਕਾਰਡ ਦੀ ਜਿਹੜੀ ਹੈ ਜਲਦੀ ਹੀ ਜਿਹੜੀ ਹੈ ਅਪਡੇਟ ਦੇਣਗੇ। ਪਰ ਇੱਕ ਸ਼ੌਕਿੰਗ ਨਿਊਜ਼ ਜਿਹੜੀ ਹੈ, ਉਹ ਦੋ ਨਿਊਜ਼ ਹੈ, ਉਹ ਇਹ ਹੈ ਕਿ ਪਹਿਲੀ ਹੈ ਕਿ ਇਹਨਾਂ ਨੇ ਡੇਟ ਦੇਖੋ ਸਿੱਧਾ ਦੱਸਤਾ ਹੋਇਆ 16 June 2024, ਜਦਕਿ ਡੇਟਸ ਕਦੀ ਵੀ ਇੱਦਾਂ ਨਹੀਂ ਆਉਂਦੀਆਂ। ਹਮੇਸ਼ਾ ਤੁਹਾਨੂੰ ਪਤਾ ਹੀ ਹੈ ਕਿ ਜਿਹੜੇ ਇੰਜੀਨੀਅਰ ਨੇ ਪਹਿਲਾਂ ਵੀ ਪੇਪਰ ਦਿੱਤਾ ਹੈ ਕਿ ਨੈੱਟ ਦੀ ਡੇਟ ਹਮੇਸ਼ਾ ਜਿਹੜੀ ਹੈ ਉਹ ਥੋੜ੍ਹੇ ਰੁਕ ਕੇ ਆਉਂਦੀ ਹੈ, ਕਿਉਂਕਿ ਸਾਰਿਆਂ ਤਾਂ ਅਲੱਗ ਅਲੱਗ ਡੇਟ 'ਤੇ ਅਲੱਗ ਅਲੱਗ ਸ਼ਿਫਟ 'ਤੇ ਪੇਪਰ ਹੁੰਦਾ ਆ। ਸੋ ਇਹ ਸ਼ੌਕਿੰਗ ਪਹਿਲੀ ਨਿਊਜ਼ ਆ ਕਿ ਡੇਟ ਇਹਨਾਂ ਨੇ ਮੈਂਸ਼ਨ ਕਰਤੀ ਹੈ ਕਿ 16 June 2024, ਠੀਕ ਹੈ। ਸੈਂਟਰ ਡੇਟ ਐਂਡ ਸ਼ਿਫਟ ਇਹਦੇ ਬਾਰੇ ਵੀ ਜਿਹੜਾ ਕੁਛ ਹਜੇ ਨਹੀਂ ਪਤਾ, ਠੀਕ ਹੈ। ਜਰਨਲ ਦੀ ਫੀਸ 1150, OBC ਦੀ 600 ਔਰ SC ST ਦੀ 325। ਔਰ ਜਿਹੜੀ ਸੈਕਿੰਡ ਜਿਹੜੀ ਹੈ ਉਹ ਸ਼ੌਕਿੰਗ ਨਿਊਜ਼ ਜਿਹੜੀ ਹੈ ਉਹ ਇਹ ਹੈ ਕਿ ਤੁਸੀਂ ਦੇਖ ਸਕਦੇ ਹਾਂ ਕਿ ਇਸ ਵਾਰ ਜਿਹੜਾ ਪੇਪਰ ਹੋਣ ਜਾ ਰਿਹਾ ਹੈ ਇਹ ਪੇਪਰ ਪੈਨ ਦੇ ਜਿਹੜੇ ਮੋਡ ਦੇ ਨਾਲ ਹੋਏਗਾ, ਮਤਲਬ ਕਿ ਔਨਲਾਈਨ ਇਸ ਵਾਰ ਜਿਹੜਾ ਆ ਨਹੀਂ ਹੋਵੇਗਾ। ਤੁਸੀਂ ਦੇਖ ਸਕਦੇ ਹਾਂ ਅਤੇ ਲਾਸਟ ਦੇ ਵਿੱਚ ਲਿਖਿਆ ਹੋਇਆ ਆ ਕਿ UGC ਨੈੱਟ 2024 ਫੋਰ ਜੂਨੀਅਰ ਰਿਸਰਚ ਫੈਲੋਸ਼ਿਪ, ਐਲੀਜੀਬਿਲਿਟੀ ਫੋਰ ਅਸਿਸਟੈਂਟ ਪ੍ਰੋਫੈਸਰ ਐਂਡ ਐਡਮਿਸ਼ਨ ਟੂ PhD ਇਨ 83 ਸਬਜੈਕਟਸ। ਇੱਥੇ ਨਾਲ ਇਹਨਾਂ ਨੇ ਮੈਂਸ਼ਨ ਕੀਤਾ ਆ ਕਿ 83 ਸਬਜੈਕਟਸ ਇਨ OMR ਪੈੱਨ ਐਂਡ ਪੇਪਰ। ਸੋ ਇਹ ਜਿਹੜੀ ਹੈ ਸੈਕਿੰਡ ਜਿਹੜੀ ਹੈ ਸ਼ੌਕਿੰਗ ਨਿਊਜ਼ ਹੈ ਕਿ ਇਸ ਵਾਰ ਜਿਹੜਾ UGC ਨੈੱਟ ਦਾ ਪੇਪਰ ਹੈ ਉਹ ਆਫਲਾਈਨ ਹੋਏਗਾ, ਔਨਲਾਈਨ ਇਸ ਵਾਰ ਜਿਹੜਾ ਆ ਨਹੀਂ ਹੋਵੇਗਾ, ਠੀਕ ਹੈ। ਸੋ ਇਹ ਜਿਹੜੀ ਹੈ ਸੈਕਿੰਡ ਜਿਹੜੀ ਹੈ ਸ਼ੌਕਿੰਗ ਨਿਊਜ਼ ਹੈ, ਕਿਉਂਕਿ ਲਾਸਟ ਟਾਈਮ ਵੀ ਮੈਂ ਗੱਲ ਕੀਤੀ ਸੀਗੀ ਕਿ ਔਨਲਾਈਨ ਪੇਪਰ ਦੇ ਵਿੱਚ ਕਾਫੀ ਜਿਹੜੀ ਹੈ ਕਈ ਵੀ ਸਟੂਡੈਂਟਸ ਨੂੰ ਜਿਹੜੀ ਮੁਸ਼ਕਲ ਆਉਂਦੀ ਹੈ। ਸੋ ਸ਼ਾਇਦ ਕਈਆਂ ਨੂੰ ਮੁਸ਼ਕਲ ਆਈ ਹੋਵੇਗੀ ਅਤੇ ਉਹਨਾਂ ਨੇ ਜਿਹੜੇ ਪਟੀਸ਼ਨ ਪਾਈ ਹੋਏਗੀ ਜਾਂ ਕੁਛ ਕਿਹਾ ਹੋਏਗਾ। ਸੋ ਇਸ ਲਈ ਜਿਹੜਾ ਇਸ ਵਾਰ ਪੇਪਰ ਹੈ ਉਹ OMR ਸ਼ੀਟ 'ਤੇ ਹੋਵੇਗਾ, ਪੈੱਨ ਐਂਡ ਪੇਪਰ ਦੇ ਵਿੱਚ, ਠੀਕ ਹੈ। ਸੋ ਜਿਹੜੀਆਂ ਦੋ ਨਿਊਜ਼ ਜਿਹੜੀਆਂ ਇਹ ਸ਼ੌਕਿੰਗ ਨਿਊਜ਼ ਸੀਗੀਆਂ। ਸੋ ਉਮੀਦ ਹੈ ਤੁਹਾਨੂੰ ਜਿਹੜੀ ਇਹ ਵੀਡੀਓ ਵਧੀਆ ਲੱਗੀ ਹੋਏਗੀ। ਵੀਡੀਓ ਦੇ ਅਖੀਰ ਤੱਕ ਬਣੇ ਰਹਿਣ ਤੁਹਾਡੇ ਸਾਰਿਆਂ ਦਾ ਧੰਨਵਾਦ। ਸਤਿ ਸ਼੍ਰੀ ਅਕਾਲ।